ਪੰਜਾਬ ਅਤੇ ਯੂਟੀ ਮੁਲਾਜ਼ਮ ਸਾਂਝਾ ਮੰਚ ਅਤੇ ਪੈਨਸ਼ਨ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਰੂਪਨਗਰ ਇਕਾਈ ਵੱਲੋਂ ਡੀਸੀ ਦਫ਼ਤਰ ਰੂਪਨਗਰ ਅੱਗੇ 16 ਸਤੰਬਰ ਤੋਂ ਪੰਜਾਬ ਸੁਆਰਡੀਨੇਟਰ ਸਰਵਿਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਸੁਰਤਾਪੁਰੀ ਦੀ ਅਗਵਾਈ ਹੇਠ ਲੜੀਵਾਰ ਭੁੱਖ ਹੜਤਾਲ ਚੱਲ ਰਹੀ ਹੈ, ਜਿਸ 'ਚ ਰੋਜ਼ਾਨਾ 15 ਮੈਂਬਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ਕਰਦੇ ਹਨ। ਅੱਜ ਵੀ ਉਹਨਾਂ ਨੇ ਆਪਣੀ ਭੁੱਖ ਹੜਤਾਲ ਦੌਰਾਨ ਸਰਕਾਰ ਖਿਲਾਫ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ 6ਵਾਂ ਤਨਖਾਹ ਕਮਿਸ਼ਨ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਹੋਰ ਵੀ ਕਈ ਮੰਗਾਂ ਨੂੰ ਲੈ ਕੇ ਉਹ ਬੀਤੇ ਕਈ ਦਿਨਾਂ ਤੋਂ ਭੁੱਖ ਹੜਤਾਲ ਕਰ ਰਹੇ ਹਨ, ਪਰੰਤੂ ਅੱਜ ਤੱਕ ਸਰਕਾਰ ਨੇ ਉਹਨਾਂ ਨਾਲ ਗੱਲਬਾਤ ਕਰਨ ਲਈ ਕੋਈ ਸੱਦਾ ਪੱਤਰ ਨਹੀਂ ਭੇਜਿਆ, ਜਿਸਦੇ ਸਿੱਟੇ ਵਜੋਂ ਉਹ 30 ਸਤੰਬਰ ਨੂੰ ਸਮੁੱਚੇ ਸ਼ਹਿਰ ਵਿੱਚ ਰੋਸ ਮਾਰਚ ਕਰਨਗੇ। ਰੂਪਨਗਰ ਤੋਂ ਰਵੀ ਬੈਂਸ ਦੀ ਵਿਸ਼ੇਸ਼ ਰਿਪੋਰਟ। ਸਾਡੀ ਪੰਜਾਬ ਦੀ ਸਾਡੀ ਮੁਲਾਜ਼ਮ ਜਥੇਬੰਦੀ ਰਿਟਾਇਰ ਪੈਨਸ਼ਨ ਕਮੇਟੀ ਵੱਲੋਂ, ਸਾਂਝਾ ਫਰੰਟ ਵੱਲੋਂ, ਯੂਟੀ ਅਤੇ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਲਗਾਇਆ ਗਿਆ ਤਾਂ ਸਾਡੀਆਂ ਇਹ ਮੰਗਾਂ ਹੈ। ਸਾਡੀ ਇਹ ਜਿਹੜੀ ਪੇ ਕਮਿਸ਼ਨ ਦੀ ਰਿਪੋਰਟ ਆ 16 ਤੋਂ, ਇਹ ਲਾਗੂ ਨਹੀਂ ਕਰ ਰਹੇ, ਕੋਈ ਸਾਡਾ ਬਕਾਇਆ ਨਹੀਂ ਦੇ ਰਿਹਾ, ਡੀਏ ਦੀਆਂ ਕਿਸ਼ਤਾਂ ਨਹੀਂ ਦੇ ਰਹੇ। ਜਿਹੜੇ ਸਾਡੇ ਕੱਚੇ ਮੁਲਾਜ਼ਮ ਥਰਮਲ ਦੇ ਵਿੱਚ ਰੋਡਵੇਜ਼ 'ਚ ਪੰਨ ਵਾਸਤੇ, ਉਹਨਾਂ ਨੂੰ ਪੱਕੇ ਕਰਨ ਦੇ ਵਾਸਤੇ ਸਾਡੀਆਂ ਇਹ ਮੰਗਾਂ ਹੈ ਅਤੇ ਸਾਡਾ ਡੀਏ ਦੀਆਂ ਕਿਸ਼ਤਾਂ ਨਹੀਂ ਦੇ ਰਿਹਾ। 4 ਸਾਲ ਹੋ ਗਏ, 5 ਸਾਲ ਲੱਗ ਚੱਲਿਆ, ਕੈਪਟਨ ਸਰਕਾਰ ਸਾਡੇ ਕੋਈ ਵੀ ਇਹ ਮਤਲਬ ਕੋਈ ਨਹੀਂ ਕਰ ਰਹੀ। ਅਸੀਂ 16 ਤਰੀਕ ਤੋਂ ਇਹ 30 ਤਰੀਕ ਧਰਨਾ ਲੱਗਿਆ ਹੋਇਆ, ਕੱਲ੍ਹ ਨੂੰ ਅਸੀਂ 12 ਵਜੇ ਤੱਕ ਧਰਨਾ ਲਗਾਵਾਂਗੇ, ਉਹਦੇ ਬਾਅਦ ਅਸੀਂ ਸ਼ਹਿਰ ਦੇ ਵਿੱਚ ਰਾਊਂਡ ਵੀ ਲਾਵਾਂਗੇ ਇਹਦੇ ਬਾਰੇ। ਸਾਡੀ ਧਰਨਾ ਇਹਦੇ ਵਾਸਤੇ ਹੈਗੇ ਆ, ਪੂਰੇ ਪੰਜਾਬ 'ਚ ਜਿਹੜੇ ਭੁੱਖ ਹੜਤਾਲ ਰੱਖੀ ਵੀ ਆ, ਯੂਟੀ ਸਾਂਝਾ ਮੰਚ ਐਮਪਲਾਈਜ ਫੈਡਰੇਸ਼ਨ, ਇਹਦਾ ਸਾਡਾ ਮੰਗ ਸਭ ਤੋਂ ਵੱਡੀ ਮੰਗ ਇਹ ਹੈਗਾ, ਆਲੂਵਾਲੀਆ ਦੇ ਜਿਹੜੇ ਮੀਟਿੰਗ ਹੋਇਆ ਆ, ਇਹ ਸਭ ਤੋਂ ਮਾਰੂ ਮੀਟਿੰਗ ਹੋਇਆ ਆ। ਇਹ ਮੀਟਿੰਗ ਵਿੱਚ ਰੋਪੜ ਥਰਮਲ ਪਲਾਂਟ ਬੰਦ ਕਰਨ ਦਾ ਹੋਇਆ ਆ, ਲਹਿਰਾ ਮੁਹੱਬਤ ਦੇ ਥਰਮਲ ਪਲਾਂਟ ਬੰਦ ਕਰਨ ਦਾ ਹੋਇਆ ਆ, ਔਰ ਬਾਕੀ ਜਿਹੜੇ ਪੰਜਾਬ 'ਚ ਡਿਸਟ੍ਰੀਬਿਊਸ਼ਨ ਆ ਉਹਨਾਂ ਨੂੰ ਵੀ ਪ੍ਰਾਈਵੇਟ ਕਰਨ ਨੂੰ ਤੁਲਿਆ ਹੋਇਆ ਆ। ਇਸ ਕਰਕੇ ਇਹਦੇ ਵਿਰੋਧ ਵਿੱਚ ਅਸੀਂ ਭੁੱਖ ਹੜਤਾਲ ਰੱਖੇ ਵੀ ਆ, ਨਾਲੇ ਜਿਹੜੇ ਯੂਟੀ ਪੈਨਸ਼ਨ ਸਾਂਝਾ ਮੰਚ ਹੈਗਾ ਉਹਨਾਂ ਦੀ ਵੀ ਮੰਗ ਹੈਗੇ ਆ ਕਿ ਸਾਡੀ ਮੰਗ ਡੀਏ ਦੇ ਵਿੱਚ ਬਢੋਤਰੀ ਹੋਵੇ। ਡੀਏ ਦੀ ਸਾਡੀ ਸਰਕਾਰ ਸੁਣ ਨਹੀਂ ਰਿਹਾ, ਦੇ ਨਹੀਂ ਰਿਹਾ ਆ, ਨਾਲੇ ਪੇ ਕਮਿਸ਼ਨ ਜਿਹੜੀ ਰਿਪੋਰਟ ਆ ਅਜੇ ਤੱਕ ਬਿਠਾਇਆ ਨਹੀਂ ਗਿਆ ਆ। ਸਰਕਾਰ ਕਹਿੰਦੇ ਲਾਸਟ ਮਹੀਨੇ 'ਚ ਦਊਂਗੇ, ਦਸੰਬਰ ਦੇ ਬਾਅਦ 2021 'ਚ ਦਊਂਗਾ ਕਿ ਪਤਾ ਨਹੀਂ 2020 ਦੇ ਦਊਂਗਾ, ਇਹ ਨਹੀਂ ਪਤਾ ਆ। ਸਾਨੂੰ ਤਾਂ ਜਾਗਣਾ ਚਾਹੀਦਾ, ਪੰਜਾਬ ਸਰਕਾਰ ਮੋਦੀ ਸਰਕਾਰ ਦੇ ਖਿਲਾਫ ਵਿੱਚ ਘਰ ਘਰ ਨੌਕਰੀ ਤਾਂ ਮਿਲਣੇ ਆ ਜਦ ਇਹਨਾਂ ਨੂੰ ਅਸੀਂ ਜਦ ਤੱਕ ਘਰ ਘਰ ਜਾ ਕੇ ਇਹਨਾਂ ਨੂੰ ਝਟਕਾ ਨਾ ਦਈਏ।